ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਹੈ। ਅੱਜ ਆਪਣੇ ਘਰ ਪਹੁੰਚੇ ਹੈ ਬਹੁਤ ਹੀ ਮਸ਼ਹੂਰ ਗੀਤਕਾਰ ਸਾਡੇ ਮੇਰੇ ਵੀਰ ਨਿਰਮਲ ਸਿੰਘ ਜੀ। ਸੋ ਮੈਂ ਇਹਨਾਂ ਨੂੰ ਦਿਲ ਦੀਆਂ ਗਹਿਰਾਈਆਂ 'ਚੋਂ ਜੀਆ ਕਹਿੰਦੀ ਹਾਂ। ਅਤੇ ਹਾਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੀਬਾ ਜੀ। ਅਤੇ ਹਾਂਜੀ, ਤੁਸੀਂ ਆਪਣਾ ਨਾਂ ਦੱਸੋ ਪਹਿਲਾਂ ਦਰਸ਼ਕਾਂ ਨੂੰ। ਮੈਂ ਨਿਰਮਲ ਸਿੰਘ ਮਟਲਿਆਣਾ। ਅੱਛਾ ਜੀ। ਮੇਰਾ ਪਿੰਡ ਸੁਨਾਮ ਤੋਂ ਪਟਿਆਲਾ ਰੋਡ ਦੇ ਉੱਤੇ ਘਰਾਚੋਂ ਦੇ ਨੇੜੇ, ਠੀਕ ਹੈ, ਬਟਲਿਆਣਾ ਪਿੰਡ ਹੈ। ਓਕੇ ਜੀ। ਅਤੇ ਮੈਂ ਕਾਫੀ ਸਮੇਂ ਤੋਂ ਗੀਤ ਲਿਖਦਾ ਆ ਰਿਹਾ, ਪਰ ਅੱਜ ਮੇਰੀ ਬੀਬਾ ਜੀ ਰੂਪਿੰਦਰ ਰਿੰਪੀ ਜੀ ਨਾਲ ਮੁਲਾਕਾਤ ਹੋਈ। ਬਹੁਤ ਸਿਆਣੀ ਲੜਕੀ ਹੈ, ਮੈਨੂੰ ਮਿਲ ਕੇ ਇਹਨਾਂ ਨੂੰ ਬੜਾ ਖੁਸ਼ੀ ਹੋਈ। ਅਤੇ ਜਿਹੜੇ ਇਹਨਾਂ ਦੇ ਪਤੀ ਨੇ ਹਰੀ ਸਿੰਘ ਜੀ, ਉਹ ਵੀ ਬਹੁਤ ਵਧੀਆ ਬੰਦੇ ਨੇ। ਤੋ ਮੈਂ ਇਹਨਾਂ ਨਾਲ ਆ ਕੇ ਅੱਜ ਬਹੁਤ ਖੁਸ਼ ਹਾਂ ਗੱਲਬਾਤ ਕਰਕੇ। ਸੋ ਮੈਂ ਅਤੇ ਆਪਣੀਆਂ ਦੋ ਕੋਈ ਲੈਣਾ ਨਾ ਦਰਸ਼ਕਾਂ ਨੂੰ, ਤੁਸੀਂ ਸੁਣਾਓ ਆਪਣਾ ਹਰਪਿੰਦਰ ਨੇ ਵੀ ਯੂਟਿਊਬ 'ਤੇ ਆਪਾਂ ਵੀਡੀਓ ਪਾਵਾਂਗੇ। ਰੋਜ਼ ਦੇਖ ਰਹੇ ਹਾਂ ਜੀ, ਸਾਡੀਆਂ ਜੋ ਸਮੇਂ ਦੀਆਂ ਸਰਕਾਰਾਂ ਨੇ, ਬਿਲਕੁਲ ਜੀ, ਜੋ ਪਹਿਲੀਆਂ ਵੀ ਸਰਕਾਰਾਂ ਨੇ ਅਤੇ ਜਾਂ ਹੁਣ ਦੀ ਵੀ ਸਰਕਾਰ ਹੈ, ਉਹ ਸਾਡੇ ਬੱਚਿਆਂ ਦੇ ਨਾਲ, ਨੌਜਵਾਨਾਂ ਦੇ ਨਾਲ ਸਹੀ ਨਹੀਂ ਨਿਭ ਰਹੀ। ਹਾਂ ਬਿਲਕੁਲ। ਉਹਨਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਹੁੰਦੇ ਉਹਨਾਂ ਦੇ ਸਹੀ ਪੂਰ ਨਹੀਂ ਉੱਤਰ ਰਹੇ, ਕਹਿਣ ਦੀਆਂ ਗੱਲਾਂ ਹੋਰ ਹੁੰਦੀਆਂ ਨੇ। ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਇਹ ਕਿਹਾ ਸੀ ਮੈਂ ਸਾਲ ਦੇ ਵਿੱਚ 2 ਕਰੋੜ ਨੌਕਰੀ ਦਿਆਂਗਾ, ਅਤੇ ਉਸ ਤੋਂ ਬਾਅਦ ਜਿਹੜੀਆਂ ਵੀ ਸੂਬਾ ਸਰਕਾਰਾਂ ਨੇ ਉਹਨਾਂ ਨੇ ਵੀ ਵਾਅਦੇ ਕੀਤੇ, ਪਰ ਕੋਈ ਗੱਲ ਉਸ ਸਿਰੇ ਨਹੀਂ ਚੜ੍ਹਦੀ। ਸੋ ਨੌਜਵਾਨ ਨੇ ਜਿਹੜੇ ਉਹ ਡਿਮੋਰਲਾਈਜ਼ ਹੋ ਜਾਂਦੇ ਨੇ, ਉਹਦੇ ਮਨ 'ਤੇ ਕੀ ਬੀਤਦੀ ਹੈ ਮੈਂ ਦੱਸਦਾ। ਠੀਕ ਹੈ। ਇੱਕ ਨੌਜਵਾਨ ਜਦੋਂ ਆ ਕੇ ਸ਼ਾਮ ਨੂੰ ਰੋਟੀ ਖਾਂਦਾ, ਰੋਟੀ ਖਾਣ ਲੱਗਦਾ, ਤਾਂ ਉਹਦੇ ਪਿਤਾ ਜੀ ਜਦੋਂ ਉਹਨੂੰ ਕਹਿੰਦੇ ਨੇ ਵੀ ਭਾਈ ਕਿਤੇ ਕੰਮ ਮਿਲਿਆ ਜਾਂ ਨਾ ਮਿਲਿਆ, ਉਹ ਦੁਖੀ ਹੋਇਆ। ਕੀ ਕਹਿ ਰਿਹਾ ਨੌਜਵਾਨ ਮੁੰਡਾ ਤੁਹਾਨੂੰ ਮੈਂ ਦੱਸਦਾ। ਹੋ ਬਾਪੂ ਇੱਕ ਤੂੰ ਘੂਰਦਾ ਹੈ ਦੂਜੇ, ਬੇਰੁਜ਼ਗਾਰੀ ਧੜਫਾਵੇ, ਮੈਂ ਕਰਾਂ ਕੀ ਇਲਾਜ ਇਸ ਦਾ, ਮੈਨੂੰ ਕੋਈ ਵੀ ਸਮਝ ਨਾ ਆਵੇ। ਉਹ ਬਾਪੂ ਇੱਕ ਤੂੰ ਘੂਰਦਾ ਹੈ, ਪੜ੍ਹਨ ਸਕੂਲੇ ਜਦੋਂ ਤੁਸੀਂ ਮੈਨੂੰ ਪਾਇਆ ਸੀ, ਸਾਰਾ ਹੀ ਟੱਬਰ ਉਦੋਂ ਫੁੱਲਾ ਨਹੀਂ ਸਮਾਇਆ ਸੀ। ਪੜ੍ਹਨ ਸਕੂਲੇ ਜਦੋਂ ਤੁਸੀਂ ਮੈਨੂੰ ਪਾਇਆ ਸੀ, ਸਾਰਾ ਹੀ ਟੱਬਰ ਉਦੋਂ ਫੁੱਲਾ ਨਹੀਂ ਸਮਾਇਆ ਸੀ। ਬੇਬੇ ਮੇਰਾ ਮੁੱਖ ਚੁੰਮ ਕੇ, ਹੋ ਬੇਬੇ ਮੇਰਾ ਮੁੱਖ ਚੁੰਮ ਕੇ, ਮੈਨੂੰ ਮੁੜ ਮੁੜ ਗਲ ਨਾਲ ਲਾਵੇ। ਬਾਪੂ ਇੱਕ ਤੂੰ ਘੂਰਦਾ ਦੂਜੇ ਬੇਰ ਜਗਾਰੀ ਤੜਫਾਵੇ, ਮੈਂ ਕਰਾਂ ਕੀ ਇਲਾਜ ਇਸ ਦਾ, ਮੈਨੂੰ ਕੋਈ ਵੀ ਸਮਝ ਨਾ ਆਵੇ। ਇੰਨੀ ਤਕਲੀਫ ਕੱਟ ਕੇ ਤੁਸੀਂ ਮੇਰੀ ਕਰਵਾਈ ਸੀ ਪੜ੍ਹਾਈ, ਸਾਰੀ ਗੱਲ ਮੈਂ ਸਮਝਾਂ ਤੇਰੇ ਦਿਲ ਦੀ ਰਾਸ ਨਾ ਆਈ। ਇੰਨੀ ਤਕਲੀਫ ਕੱਟ ਕੇ ਤੁਸੀਂ ਮੇਰੀ ਕਰਵਾਈ ਸੀ ਪੜ੍ਹਾਈ, ਸਾਰੀ ਗੱਲ ਮੈਂ ਸਮਝਾਂ ਤੇਰੇ ਦਿਲ ਦੀ ਰਾਸ ਨਾ ਆਈ। ਇਹਦੇ 'ਚ ਕਸੂਰ ਮੇਰਾ ਕੀ, ਇਹਦੇ 'ਚ ਕਸੂਰ ਮੇਰਾ ਕੀ, ਕੰਮ ਮਿਲਦਾ ਜੇ ਕਿਤੇ ਲਗਵਾ ਦੇ। ਉਹ ਬਾਪੂ ਇੱਕ ਤੂੰ ਘੂਰਦਾ ਦੂਜੇ ਬੇਰੁਜ਼ਗਾਰੀ ਤੜਫਾਵੇ, ਮੈਂ ਕਰਾਂ ਕੀ ਇਲਾਜ ਇਸ ਦਾ, ਮੈਨੂੰ ਕੋਈ ਵੀ ਸਮਝ ਨਾ ਆਏ। ਵੈਰੀ ਗੁੱਡ, ਬਹੁਤ ਵਧੀਆ। ਇੱਕ ਗੀਤ ਦਾ ਹੋਰ ਸਥਾਈ ਅੰਤਰ ਸੁਣਾ ਦਿਓ ਜੀ, ਜਿਹੜਾ ਤੁਹਾਡਾ ਮਨਪਸੰਦ ਹੈ। ਤੁਹਾਡੇ ਗੀਤ ਅਸੀਂ ਸੁਣੇ ਹੈ ਜੀ। ਦੇਖ ਰਹੇ ਹਾਂ, ਸਾਡੀ ਜੇ ਕਿਸਾਨੀ ਹੈ, ਭਾਵੇਂ ਮਜ਼ਦੂਰ ਹੈ, ਭਾਵੇਂ ਕੋਈ ਦੁਕਾਨਦਾਰ ਹੈ, ਭਾਵੇਂ ਕੋਈ ਹੋਰ ਮਿਹਨਤ ਕਸ ਲੋਕ ਹੈ, ਉਹ ਬਹੁਤ ਵੱਡੇ ਪੱਧਰ 'ਤੇ ਖੁਦਕੁਸ਼ੀਆਂ ਦੇ ਰਾਹ ਪਏ ਹੋਏ ਨੇ। ਬਿਲਕੁਲ ਜੀ। ਸਾਡੀ ਸਰਕਾਰ ਉਹਦਾ ਕੋਈ ਹੱਲ ਨਹੀਂ ਕਰ ਰਹੀ, ਅਤੇ ਜਦੋਂ ਉਹ ਮਜਬੂਰ ਹੋ ਜਾਂਦਾ, ਕੋਈ ਰਸਤਾ ਨਹੀਂ ਹੁੰਦਾ, ਕਿਸੇ ਦਾ ਮਰਨ ਨੂੰ ਜੀ ਨਹੀਂ ਕਰਦਾ, ਇਹ ਕੋਈ ਇਹੋ ਜਿਹੀ ਚੀਜ਼ ਤਾਂ ਹੈ ਨਹੀਂ ਕਿ ਉਹ ਬੰਦਾ ਸ਼ੌਂਕ ਨਾਲ ਖਾ ਲੈਂਦਾ। ਬਿਲਕੁਲ। ਇਹ ਮਜਬੂਰੀ 'ਚ ਆ ਕੇ ਜਦੋਂ ਉਹਨੂੰ ਕੋਈ ਰਸਤਾ ਨਹੀਂ ਰਹਿੰਦਾ, ਉਹਨੂੰ ਲੈਣ ਦੇਣ ਵਾਲੇ ਜਾਂ ਉਹਨੂੰ ਉਹਦੀਆਂ ਜਿਹੜੀਆਂ ਵੀ ਲੋੜਾਂ ਨੇ ਉਹ ਪੂਰੀਆਂ ਨਹੀਂ ਹੁੰਦੀਆਂ, ਉਹ ਖੁਦਕਸ਼ੀਆਂ ਦੇ ਰਾਹ 'ਤੇ ਪੈ ਜਾਂਦਾ। ਸੋ ਮੈਂ ਅਪੀਲ ਕਰਦਾ ਵੀ ਸਾਰੇ ਮੇਰੇ ਵੀਰ ਲੋਕਾਂ ਨੂੰ, ਜੋ ਵੀ ਇਸ ਮਹਿੰਗਾਈ ਦੀ ਉਸ ਦੇ ਵਿੱਚ ਬਹੁਤ ਤੰਗ ਹੋ ਰਹੇ ਨੇ, ਸਾਰੀ ਜਨਤਾ ਨੂੰ ਅਪੀਲ ਕਰਦਾ, ਸਾਰੇ ਲੋਕਾਂ ਨੂੰ ਅਪੀਲ ਕਰਦਾ, ਮੇਰੇ ਵੀਰਾਂ ਨੂੰ ਅਪੀਲ ਕਰਦਾ, ਭੈਣਾਂ ਨੂੰ ਅਪੀਲ ਕਰਦਾ ਵੀ ਆਪਾਂ ਖੁਦਕਸ਼ੀਆਂ ਦਾ ਰਾਹ ਛੱਡ ਕੇ ਆਪਾਂ ਸੰਘਰਸ਼ਾਂ ਦੇ ਰਾਹ ਪਈਏ, ਸੰਘਰਸ਼ਾਂ ਦੇ ਨਾਲ ਹੀ ਅਸੀਂ ਬੇੜਾ ਪਾਰ ਹੋ ਸਕਦੇ। ਸੋ ਮੈਂ ਉੱਥੇ ਆਪਣੇ ਕੁਝ ਗੀਤ ਲਿਖਿਆ ਹੋਇਆ, ਇੱਕ ਉਹ ਤੁਹਾਡੇ ਸਾਹਮਣੇ
ਪੇਸ਼ ਕਰਨ ਲੱਗਾ ਮੈਂ। ਨਾ ਕਰ ਖੁਦ ਕਸੀਆਂ ਬੇੜਾ ਪਰ ਹੈ ਸੰਗਰ ਸਾਨੇ ਲਾਉਣਾ, ਉਹ ਤੇਰੇ ਤੁਰ ਜਾਣ ਮਗਰੋਂ ਪਉ ਦੁੱਖ ਪਰਿਵਾਰ ਨੂੰ ਹੰਡਾਉਣਾ। ਉਹ ਨਾ ਕਰ ਖੁਦ ਕਸੀਆਂ ਭਾਵੇਂ ਔਖਾ ਤੂੰ ਪੁੱਜ ਕੇ ਤੇਰਾ ਬਾਲ ਬਾਲ ਹੋਇਆ ਘਰੇ ਜਾਈ, ਨਿੱਤ ਦੀਆਂ ਮੁਸ਼ਕਲਾਂ ਨੇ ਤੇਰੀ ਜਾਨ ਹੈ ਕੜਕੀ ਚ ਫਸਾਈ। ਉਹ ਜ਼ਿੰਦਗੀ ਸੰਘਰਸਾਂ ਦੀ ਹੈ ਜ਼ਿੰਦਗੀ ਸੰਘਰਸਾਂ ਦੀ, ਹਰ ਮੰਨਣੀ ਨੀ ਜਿੱਤ ਕੇ ਦਿਖਾਉਣਾ। ਹੋ ਨਾ ਕਰ ਖੁਦ ਕਸੀਆਂ ਬੇੜਾ ਪਰ ਹੈ ਸੰਘਰਸਾਂ ਨੇ ਲਾਉਣਾ, ਉਹ ਤੇਰੇ ਤੁਰ ਜਾਣ ਮਗਰੋਂ ਪਉ ਦੁੱਖ ਪਰਿਵਾਰ ਨੂੰ ਹੰਡਾਉਣਾ। ਹੋਏ ਨਾ ਕਰ ਖੁਦ ਕਸੀਆਂ ਹੈ ਬਹੁਤ ਵਧੀਆ ਸਿਰ ਗੋਰੇ ਪਾਵੇਂ ਕੱਢੇ ਦੇਸ਼ ਚੋਂ ਸਾਨੂੰ ਕਾਲੇ ਅੰਗਰੇਜ਼ਾਂ ਤੜੇ ਫਾਇਆ, ਸਭ ਕੁਝ ਸਾਡਾ ਲੁੱਟ ਕੇ ਸਾਡੇ ਪੱਲੇ ਖੁਦ ਕਸੀਆਂ ਨੂੰ ਪਾਇਆ। ਉਹ ਬਾਹਰ ਬਿੱਲੇ ਰਾਖੀ ਦੁੱਧ ਦੀ, ਬਾਹਰ ਬਿੱਲੇ ਰਾਖੀ ਦੁੱਧ ਦੀ, ਉਹਨਾਂ ਸਾਡੇ ਲਈ ਤੇ ਪਹਿਨਾ ਬਚਾਉਣਾ। ਉਹ ਨਾ ਕਰ ਖੁਦ ਕਸੀਆਂ ਬੇੜਾ ਪਰ ਹੈ ਸੰਘਰਸਾਂ ਨੇ ਲਾਉਣਾ, ਤੇਰੇ ਤੁਰ ਜਾਣ ਮਗਰੋਂ ਪਉ ਦੁੱਖ ਪਰਿਵਾਰ ਨੂੰ ਹੰਡਾਉਣਾ। ਉਹ ਤੇਰੇ ਦੁੱਖ ਤੇਰੇ ਤੁਰ ਜਾਣ ਮਗਰੋਂ। ਬਹੁਤ ਵਧੀਆ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਦਰਸ਼ਕਾਂ ਦੇ ਰੂਬਰੂ ਹੋ ਕੇ ਤੁਸੀਂ ਇਹ ਦੋ ਆਪਣੀਆਂ ਲਿਖੇ ਹੋਏ ਕਲਮ 'ਚੋਂ ਦਰਸ਼ਕਾਂ ਦਾ ਦੱਸੇ। ਬਹੁਤ ਵਧੀਆ ਗੀਤ ਲਿਖਦੇ ਆ ਜੀ, ਅਤੇ ਬਹੁਤ ਵਧੀਆ ਲੋਕ ਤੱਥ ਵੀ ਅਤੇ ਧਾਰਮਿਕ ਗੀਤ ਵੀ ਬਹੁਤ ਵਧੀਆ ਲਿਖਦੇ ਆ। ਮੈਂ ਇਹਨੂੰ ਆਪਣੇ ਵੱਲੋਂ ਬਹੁਤ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ ਆਇਆਂ ਨੂੰ ਕਹਿੰਦੀ ਹੈ। ਅਤੇ ਸਾਡੇ ਅਤੇ ਸਾਡੇ ਨਿਰਮਲ ਬਟਰਿਆਣਾ ਜੀ ਵੱਲੋਂ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮੱਚ।